ਨਾ ਬਣੇਗਾ ਇਹ ਭਾਵੇਂ ਤੂੰ ਨੱਤੂ ਆਈਆਂ ਦੀ ਨਹਿਰਾਂ ਚ ਮਾਰੀ ਸ਼ਾਮ ਮੈਨੂੰ ਕਿਤਰਾ ਲਿਆ ਤੂੰ ਨੱਤੂ ਆਈਆਂ ਦੀ ਨਹਿਰਾਂ ਚ ਮਾਰੀ ਸ਼ਾਮ ਮੈਨੂੰ ਕਿਤਰਾ ਲਿਆ ਪੰਜਾਬ ਦੇ 4 ਵਿਧਾਨ ਸਭਾ ਚ ਜਿੱਥੇ ਚੋਣਾਂ ਹੋਣ ਜਾ ਰਹੀਆਂ ਨੇ ਉੱਥੇ ਅਕਾਲੀ ਦਲ ਅਤੇ ਕਾਂਗਰਸ ਪੂਰੇ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਕਰਨ ਚ ਲੱਗੇ ਹੋਏ ਨੇ ਪਰ ਸਭ ਤੋਂ ਜ਼ਿਆਦਾ ਅਹਿਮ ਸੀਟ ਜਲਾਲਾਬਾਦ ਦੀ ਮੰਨੀ ਜਾ ਰਹੀ ਹੈ ਜਿੱਥੇ ਕਾਂਗਰਸ ਅਤੇ ਅਕਾਲੀ ਦਲ ਦੇ ਵੱਡੇ ਨੇਤਾ ਪਿਛਲੇ ਕਈ ਦਿਨਾਂ ਤੋਂ ਜਲਾਲਾਬਾਦ ਚ ਸਰਗਰਮ ਨਜ਼ਰ ਆ ਰਹੇ ਨੇ ਜਿੱਥੇ ਕਾਂਗਰਸ ਦੇ ਵੱਲੋਂ ਰਾਜਾ ਵੜਿੰਗ ਆਪਣੇ ਜਲਾਲਾਬਾਦ ਦੇ ਉਮੀਦਵਾਰ ਰਵਿੰਦਰ ਆਂਵਲਾ ਦੇ ਨਾਲ ਚੋਣ ਪ੍ਰਚਾਰ 'ਚ ਜੁਟੇ ਹੋਏ ਨੇ ਇਸੇ ਦੌਰਾਨ ਰਾਜਾ ਵੜਿੰਗ ਨੇ ਇੱਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਇੱਕ ਬਜ਼ੁਰਗ ਨਾਲ ਬਹਿਸ ਸ਼ੁਰੂ ਕਰ ਦਿੱਤੀ ਅਰਨੀਵਾਲਾ ਦੇ ਲੋਕਾਂ ਦੀ ਮੰਗ ਸੀ ਕਿ ਉਹਨਾਂ ਦੇ ਨੀਲੇ ਕਾਰਡ ਜਲਦ ਆਨਲਾਈਨ ਕਰਵਾਏ ਜਾਣ ਜਿਸ ਤੇ ਇੱਕ ਬਜ਼ੁਰਗ ਬੋਲਿਆ ਤਾਂ ਰਾਜਾ ਵੜਿੰਗ ਨੇ ਕਿਹਾ ਕਿ ਸਾਡੇ ਮੰਤਰੀ ਹੁੰਦੇ ਹੋਏ 2000 ਕਾਰਡ ਦੀ ਥਾਂ 2500 ਕਾਰਡ ਆਨਲਾਈਨ ਕਰਵਾ ਦੇਵਾਂਗੇ ਪਰ ਤੇਰੇ ਮੁੰਡੇ ਨੂੰ ਹਵਲਦਾਰ ਨਹੀਂ ਲਾਵਾਂਗਾ ਤਾਂ ਬਜ਼ੁਰਗ ਨੇ ਕਿਹਾ ਕਿ ਜੇਕਰ ਕਾਰਡ ਨਾ ਬਣੇ ਤਾਂ ਮੈਂ ਪਿੰਡ ਛੱਡ ਦੇਵਾਂਗਾ ਤਾਂ ਰਾਜਾ ਵੜਿੰਗ ਨੇ ਕਿਹਾ ਕਿ ਤੂੰ ਭਾਵੇਂ ਨਹਿਰ 'ਚ ਛਾਲ ਮਾਰ ਦੇਵੇਂ ਵਾਦਾ ਕਰਨ 12 ਸੋਨੀ ਭਾਵੇਂ 2000 ਬਣਾ ਲਿਓ ਮੇਰੀ ਜ਼ਿੰਮੇਵਾਰੀ ਹੈ ਜੇ ਕਾਰਡ ਹੀ ਨਹੀਂ ਬਣਾ ਸਕਦੇ ਫੇਰ ਸਾਨੂੰ ਫੋੜੇ ਤੇ ਲਾਉਣਾ ਕੱਲ ਤੱਕ ਆਨਲਾਈਨ ਹੋ ਜਾਣੇ ਪਰ ਮੈਨੂੰ ਨਹੀਂ ਪਤਾ ਆਪਣਾ ਭਰਾ ਕਹਿ ਰਿਹਾ ਹੈ ਬਣੇ ਪਏ ਆ ਆਨਲਾਈਨ ਹੋ ਜਾਣਗੇ ਨਹੀਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਸੰਧੂ ਸਾਹਿਬ ਸੁਣ ਲਓ ਸੰਧੂ ਸਾਹਿਬ ਵੇਖੋ ਮੇਰੀ ਗੱਲ ਮੈਂ ਜਿਹੜੀ ਪਹਿਲਾਂ ਯਾਰ ਗੱਲ ਤਾਂ ਸੁਣ ਲਾ ਸੰਧੂ ਤਾਇਆ ਜੀ ਮੈਂ ਇਹ ਨਹੀਂ ਕਿਹਾ ਵੀ ਤੇਰੇ ਮੁੰਡੇ ਨੂੰ ਮੈਂ ਹੌਲਦਾਰ ਲਵਾ ਦੂੰਗਾ ਮੈਂ ਉਹ ਵਾਅਦਾ ਨਹੀਂ ਕਰਦਾ ਪਰ ਸੁਣ ਤਾ ਲਾ ਕਾਰਡ ਮੈਂ ਭਾਵੇਂ 2000 ਨਹੀਂ 2500 ਬਣਵਾ ਲਈ ਮੈਂ ਬਣਵਾ ਸਕਦਾ ਅੱਜ ਸਰਕਾਰ ਹੈ ਮੈਂ ਬਣਾ ਦੂੰਗਾ ਜੇ ਆਨਲਾਈਨ 19 ਹੋਈ ਤਾਂ ਮੈਂ ਬਣਵਾ ਕੇ ਦਿਉਂ ਤੈਨੂੰ ਕਾਰਡ ਸਾਡਾ ਮੰਤਰੀ ਸਾਡੀ ਸਰਕਾਰ ਤੇ ਕਾਰਡ ਆਨਲਾਈਨ ਨਾ ਆਉਣ ਹੋ ਜਾਣਗੇ ਤਾਇਆ ਜੀ ਮੈਂ ਮੁੰਡੇ ਨੂੰ ਹੌਲਦਾਰ ਬਣਾਉਣ ਦਾ ਵਾਅਦਾ ਨਹੀਂ ਕੀਤਾ ਭਾਵੇਂ ਤੂੰ ਨੱਤੂ ਆਈਆਂ ਦੀਆਂ ਨਹਿਰਾਂ ਚ ਮਾਰੀ ਸ਼ਾਮ ਮੈਨੂੰ ਕਿਤਰਾ ਲਿਆ ਪਿੰਡੋਂ ਨਿਕਲ ਜਾ ਤਾਇਆ ਜੀ ਪਿੰਡੋਂ ਨੀ ਤੈਨੂੰ ਨਿਕਲ ਪਿੰਡੋਂ ਨੀ ਨਿਕਲ ਦਿੰਦਾ ਕਾਰਡ ਬਣਾ ਦਿਆਂਗੇ ਆ ਮੀਡੀਆ ਵਾਲਿਆਂ ਦੇ ਬੜੇ ਸ਼ਤਾਨ ਹੈ ਇਹ ਹੁਣੇ ਲਿਖ ਦੇਣਗੇ ਇਹ ਬੜੇ ਕੱਟ ਕੇ 19 ਕਿ ਲਾ ਦੇਣਗੇ ਵੀ ਐ ਕਿਹਾ ਬੁੜੇ ਨੂੰ ਬੁੜੇ ਨੇ ਕਿਹਾ ਮੈਂ ਛਾਲ ਮਾਰੂ ਮੇਰਾ ਤਾਇਆ ਬਾਈ ਹਾਂ ਵੀਡੀਓ 'ਚ ਤੁਸੀਂ ਸਾਫ ਸੁਣ ਹੀ ਲਿਆ ਕਿ ਰਾਜਾ ਵੜਿੰਗ ਆਪਣੇ ਵਿਵਾਕ ਤਰੀਕੇ ਨਾਲ ਬੋਲਦੇ ਗਏ ਤੇ ਜਦੋਂ ਉਸਦਾ ਧਿਆਨ ਮੀਡੀਆ ਵੱਲ ਪਿਆ ਤਾਂ ਉਹਨਾਂ ਇੱਕੋ ਦਮ ਆਪਣੇ ਬਿਆਨ ਨੂੰ ਬਦਲਦਿਆਂ ਇਸ ਗੱਲ ਨੂੰ ਹਾਸੇ ਮਜ਼ਾਕ 'ਚ ਲੈ ਲਿਆ ਪਰ ਰਾਜਾ ਵੜਿੰਗ ਦੇ ਬਦਲੇ ਸਿਰ ਰਵੱਈਏ ਨੂੰ ਵਿਰੋਧੀ ਕਿਹੜੀ ਦਿਸ਼ਾ ਵੱਲ ਮੋੜਦੇ ਨੇ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਫਾਜ਼ਿਲਕਾ ਤੋਂ ਇੰਦਰਜੀਤ ਸਿੰਘ ਦੀ ਰਿਪੋਰਟ ਚੈਨਲ ਪੰਜਾਬ ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ